ਹਾਂਜੀ ਦੋਸਤੋ, ਪੀਵੀ ਗੱਤੀ ਪੰਜਾਬ ਚੈਨਲ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਵੀ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਲਈ ਹੈ ਯਾਰ। ਅਸੀਂ ਕਿਸੇ ਵੀ ਸਿੰਗਰ ਦੀ ਐਵੇਂ ਇੰਸਲਟ ਨਹੀਂ ਕਰਦੇ ਅਤੇ ਨਾ ਹੀ ਅਸੀਂ ਚਾਹੁੰਦੇ ਹਾਂ ਵੀ ਕੋਈ ਸਿੰਗਰ ਕਿਸੇ ਨਾਲ ਲੜੇ। ਵੀਡੀਓ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਲਈ ਹੁੰਦੀ ਹੈ, ਐਂਟਰਟੇਨਮੈਂਟ ਦੀ ਤਰ੍ਹਾਂ ਹੀ ਦੇਖਿਆ ਕਰੋ। ਆ ਜਾਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ। ਹੋਰ ਬਈ ਐਲੀ ਕਿਵੇਂ ਆ? ਅੱਛਾ ਬਈ, ਚੱਲ ਵਧੀਆ ਹੀ ਚਾਹੀਦਾ। ਪਰ ਯਾਰ ਤੂੰ ਅੱਜ ਐਂ ਦੱਸ ਵੀ ਸਿੰਗੇ ਬਾਰੇ ਤੂੰ ਕੀ ਸੋਚਦਾ? ਵੈਸੇ ਬਈ ਹੁਣ ਗੱਲ ਹੈ ਇੱਕ ਵੀ ਸਿੰਗੇ ਨਾਲ ਕੀ ਹੋ ਗਿਆ? ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ। ਐਦਾਂ ਨਹੀਂ ਗੱਲ ਕਰਨੀ ਨਾ ਯਾਰ, ਲੜਾਈ ਤਾਂ ਪਾਉਣੀ ਤੂੰ। ਤੂੰ ਇੱਕ ਮਿੰਟ ਰੁਕ ਬਈ, ਮੈਂ ਫੋਨ ਲਾਉਣਾ ਸਿੰਗੇ ਨੂੰ। ਹੈਲੋ ਸਿੰਘਾ ਬੋਲਦਾ। ਤੂੰ ਆ ਸਭ ਕੁਝ ਛੱਡ ਯਾਰ, ਪਹਿਲਾਂ ਇਹ ਸੁਣ ਵੀ ਇੱਥੇ ਐਲੀ ਮੰਗਟ ਆਇਆ ਬੈਠਾ ਗਿਆ, ਉਹਦੇ ਬਾਰੇ ਤੇ ਕੀ ਕਹਿਣਾ? ਐਲੀ ਮੰਗਟ ਆ ਮੁੰਡੇ ਦਾ ਨਾਂ, ਆਪਣੇ ਛੋਟੇ ਦਾ ਨਾਂ। ਅੱਛਾ ਜੀ, ਛੋਟਾ ਇਹ ਤੁਹਾਡਾ? ਉਹ ਬਈ ਐਲੀ, ਆ ਸਿੰਘਾ ਨਾ ਤੈਨੂੰ ਛੋਟਾ ਕਹਿੰਦਾ। ਪਹਿਲੀ ਗੱਲ ਤਾਂ ਜੀ, ਜੇ ਮੇਰੇ ਬਰਾਬਰ ਖੜਾ ਹੋ ਤੁਸੀਂ ਉਹਨੂੰ, ਮੇਰੀ ਲੱਤ ਅਰਗਾ ਵੀ ਆਈ। ਉਹ ਇੱਕ ਮਿੰਟ ਰੁਕ ਬਈ ਐਲੀ, ਆ ਸਪੀਕਰ ਤੇ ਲਾ ਦਾ ਮੈਂ ਥੋੜਾ ਜਿਹਾ ਫੋਨ। ਆ ਹੁਣ ਦੱਸ ਬਈ ਕੀ ਕਹਿੰਦਾ ਸੀ? ਹਾਂ ਪਹਿਲੀ ਗੱਲ ਤਾਂ ਜੀ, ਜੇ ਮੇਰੇ ਬਰਾਬਰ ਖੜਾ ਹੋ ਤੁਸੀਂ ਉਹਨੂੰ, ਮੇਰੀ ਲੱਤ ਅਰਗਾ ਵੀ ਹੈ ਨਹੀਂ। ਲੈ ਬਣ ਗਈ ਗੱਲ ਬਈ ਐਲੀ, ਬੋਲ ਪਾ ਤੂੰ ਵੀ ਕੁਝ। ਆ ਸਿੰਘਾ ਤਾਂ ਤੈਨੂੰ ਡਿੱਗੀ ਚ ਪਾਉਣ ਨੂੰ ਫਿਰਦਾ। ਚੁੱਪ ਜਦੋਂ ਸਿੰਘਾ ਹੁੰਦਾ ਭੌਂਕ ਦੇ ਕੇ। ਮੈਨੂੰ ਲੱਗਦਾ ਬਈ ਐਲੀ, ਇਹ ਤਾਂ ਕੁਝ ਜ਼ਿਆਦਾ ਹੀ ਹੋਈ ਜਾਂਦਾ। ਗੋਦਰੇਜ ਦੀ ਲਮਾਰੀ ਵਿੱਚ ਬੰਦ ਕਰਾਂਗੇ ਉਹ, ਦੇਖੀ ਆਪਣਾ ਆਪ ਬਚਾ ਲਈ ਓਏ। ਓ ਬਈ ਸਿੰਘੇ, ਵੈਸੇ ਤੈਨੂੰ ਐਂ ਲੱਗਦਾ ਯਾਰ ਵੀ ਆ ਐਲੀ ਮੰਗ ਟੇਡਾ ਇਹਦਾ ਸਰੀਰ ਆ ਯਾਰ, ਇਹ ਕਿਵੇਂ ਆਜੂ ਫਿੱਟ ਯਾਰ ਆਲੇ ਵੀਰਾ ਚ? ਉੱਚੀ ਵਾਲੇ ਬੂਟਾਂ ਚ ਤਾਂ ਬੱਲੂ ਬੱਲੇ ਆਓ, ਕਿਤੇ ਖੁੱਲੇ ਜੇ ਗਰਾਊਂਡ ਵਿੱਚ ਟਾਈਮ ਪਾ ਲਿਓ। ਇੱਥਰਾਂ ਨਾਲ ਕੱਚ ਕਦੇ ਖੈਂਦੇ ਨਹੀਂ ਹੁੰਦੇ, ਤੇ ਡੈਡ ਨਾ ਜਵਾਕ ਪੰਗੇ ਲੈਂਦੇ ਨਹੀਂ ਹੁੰਦੇ। ਬਈ ਸਿੰਘੇ ਐਂ ਕਰ ਫਿਰ, ਇੱਕ ਤਕੜਾ ਯਾਰ ਅਪਲਾਈ ਹੋਰ ਕਰ ਦੇ। ਆਪਣਾ ਕਰੀਦਾ ਇੱਕ ਠੋਕੇ ਕਰੀਦਾ, ਬਹੁਤਾ ਟਾਈਮ ਚੱਲਦੀ ਕੋਈ ਚੋਰੀ ਨਾ, ਹੌਲੀ ਹੌਲੀ ਕਰ ਸਿੰਘਾ ਚੜਿਆ ਟੈਰਿਸ ਬੜੇ ਆਏ ਤੇਰੇ ਵਰਗੇ ਨੇ ਲਾਉਣ ਨੂੰ। ਬਈ ਐਲੀ ਤੂੰ ਵੀ ਕਹਿ ਦੇ ਯਾਰ ਬਾਈ ਬਣ ਕੇ ਕੁਝ, ਕਿ ਇੱਥੇ ਬਸ ਹੋ ਗਈ ਬਸ ਹੁਣ। ਤਦ ਤੱਕ ਚੱਲਦੇ ਸਾਲ ਨਹੀਂ ਮੁੱਚਦਾ ਖੜੀ ਰਹੂ, ਤਦ ਤੱਕ ਚੱਲਦੇ ਸਾਲ ਨਹੀਂ ਮੁੱਚਦਾ ਖੜੀ ਰਹੂ। ਅਰੇ ਬਈ ਸਿੰਘੇ ਤੂੰ ਵੀ ਦੱਸ ਯਾਰ, ਤੇਰੀ ਮੁੱਛ ਕਦੋਂ ਕੁ ਤੱਕ ਖੜੀ ਰਹੂਗੀ? ਆਰਸੀ ਉੱਤੇ ਵੀ ਮੁੱਛ ਖੜੀ ਜਾਊਗੀ, ਗੁੱਡੀ ਚੜੀ ਜਾਊਗੀ ਉਹ ਤੇਰੇ ਆਲੇ ਜੱਟ ਦੀ। ਅੱਛਾ ਬਈ, ਆ ਹੋਰ ਕੀ ਕਹਿਣਾ ਤੂੰ ਆ ਐਲੀ ਨੂੰ? ਉਹ ਸ਼ੇਰ ਕਦੇ ਰੱਖਦੇ ਨਹੀਂ ਕੁੱਤੇ ਬੱਲੀਏ, ਉਹ ਸਾਡੀ ਪਹੁੰਚ ਦੇ ਚੜਾਈ ਦੋਨੋਂ ਉੱਤੇ ਬੱਲੀਏ। 12,000 ਗੇਣਾ ਇੱਕ ਸੋਹਣਿਆ, ਰਹੀਦਾ ਹੁੰਦਾ ਇੱਕ ਆਤ ਵਿੱਚ ਸੋਹਣਿਆ। ਉਹ ਬਈ ਸਿੰਘੇ, ਮੈਨੂੰ ਆ ਤੁਹਾਡਾ ਛੋਟਾ ਮਤਲਬ ਆ ਐਲੀ ਮੰਗਟ ਥੋੜਾ ਗੁੱਸੇ 'ਚ ਲੱਗਦਾ ਅੱਜ। ਰੇਂਜੋ ਵਾਰ ਹੋ ਗਏ ਜਿਹੜੇ ਰੇਂਜ ਛੱਡ ਦੇ, ਹੋ ਕਰਕੇ ਸਪਿੱਟ ਲਈਏ ਚੱਕ। ਓਏ ਬੇ ਸੁੱਟੀ ਜਾਨਾ ਥੁੱਕ, ਬਸ ਇੱਥੇ ਹੋ ਜਾ ਚੁੱਪ। ਅੱਛਾ ਚੱਲ ਹੋਰ ਸੁਣਾਓ ਬਈ। ਬਸ ਦੋ ਗਜ਼ਨੈਬ ਚੈਟਾਂ ਦੱਸ ਦਿੰਦੀਆਂ, ਹੋ ਗਏ ਦੀ ਕਿੰਨੀ ਕੀ ਔਕਾਤ, ਸਨੈਪ ਚੈਟ ਤੋਂ ਨਹੀਂ ਬੰਦੇ ਗੈਸ ਕਰੀਦੇ। ਅੱਛਾ ਠੀਕ ਆ ਬਈ, ਹੁਣ ਹਿਸਾਬ ਕਿਤਾਬ ਬਰਾਬਰ ਹੋ ਗਿਆ ਤੁਹਾਡਾ, ਹੁਣ ਨਾ ਐਵੇਂ ਇੱਕ ਦੂਜੇ ਨਾਲ ਸਿੰਗ ਫਸਾਓ। ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਇਕੱਠੇ ਤੁਸੀਂ ਜ਼ਿਆਦਾ ਚੰਗੇ ਲੱਗਦੇ ਹੋ, ਲੜਿਆ ਨਾ ਕਰੋ। ਹਾਂਜੀ ਦੋਸਤੋ, ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਵੀਡੀਓ ਦਾ ਲਾਈਕ ਏਮ ਆ ਯਾਰ 1500 ਲਾਈਕ, ਉਮੀਦ ਕਰਦਾ ਤੁਸੀਂ ਪੂਰੇ ਕਰ ਹੀ ਦਿਓਗੇ। ਅਤੇ ਜਿਹੜੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜਿਨ੍ਹਾਂ ਨੇ ਪਹਿਲੇ ਚੈਨਲ ਸਬਸਕ੍ਰਾਈਬ ਕਰ ਰੱਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਯਾਰ। ਅਤੇ ਮਿਲਦੇ ਆ ਫਿਰ ਕਿਸੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਧੰਨਵਾਦ।